সবাই ছাত্রদের কাছে জানতে চাইছি বাচ্চা ওরা সবাই মানা সকলের একটা জিন্দাবাদ 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 সরকার ਜਿਹੜਾ ਅੱਜ ਦਾ ਇਹ ਰੋਸ ਰੈਲੀ ਜ਼ਿਲ੍ਹਾ ਪੱਧਰੀ ਬਠਿੰਡੇ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਜਿਹੜੀ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਫੈਡਰੇਸ਼ਨ ਵੱਲੋਂ ਇੱਕ ਐਕਸ਼ਨ ਲਿਖਿਆ ਗਿਆ ਚਾਰ ਪੜਾਵੀ ਘੋਲ ਹੈ ਉਹਦੀ ਕੜੀ ਦੇ ਤਹਿਤ ਅਸੀਂ ਇਹ ਅੱਜ ਦਾ ਐਕਸ਼ਨ ਕਰ ਰਹੇ ਹਾਂ ਇਹਦੇ ਵਿੱਚ ਬਹੁਤ ਸਾਰੇ ਮਹਿਕਮਿਆਂ ਦੇ ਸਾਥੀ ਸ਼ਾਮਿਲ ਨੇ ਬਹੁਤ ਸਾਰੀਆਂ ਜਥੇਬੰਦੀਆਂ ਇਹ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪਿਛਲੇ 2 ਸਾਲ ਤੋਂ 2.5 ਸਾਲ ਤੋਂ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਸਰਕਾਰ ਨਵੀਂ ਬਣੀ ਉਹਨੇ ਮੁਲਾਜ਼ਮਾਂ ਦੇ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਹੱਲ ਤਾਂ ਕੀ ਕਰਨਾ ਸੀ ਸਗੋਂ ਜਿਹੜਾ ਸਾਡੀ ਕੁਛ ਪ੍ਰਾਪਤੀਆਂ ਕੀਤੀਆਂ ਹੋਈਆਂ ਸੀ ਉਹਨਾਂ ਪ੍ਰਾਪਤੀਆਂ ਨੂੰ ਵੀ ਲਗਾਤਾਰ ਖੋਇਆ ਜਾ ਰਿਹਾ 200 ਰੁਪਈਆ ਜਜ਼ੀਆ ਟੈਕਸ ਮੁਲਾਜ਼ਮਾਂ 'ਤੇ ਲਾਇਆ ਜਾ ਰਿਹਾ ਔਰ ਜਿਹੜੇ ਇਹਨਾਂ ਦੇ ਮਿਨਿਸਟਰ ਨੇ ਉਹਨਾਂ ਨੂੰ ਲਗਾਤਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਖਜ਼ਾਨੇ ਦੇ ਵਿੱਚੋਂ ਬੇਲੋੜੀਆਂ ਔਰ ਅਸੀਂ ਜਿਹੜੀ ਮੰਗ ਕਰ ਰਹੇ ਹਾਂ ਵੀ ਸਾਡੇ ਜਿਹੜੇ ਹਰ ਤਰ੍ਹਾਂ ਦਾ ਕੱਚਾ ਮੁਲਾਜ਼ਮ ਹੈ ਉਹਨੂੰ ਪੱਕਾ ਕੀਤਾ ਜਾਵੇ ਕਿਉਂਕਿ ਕੰਮ ਪੱਕੇ ਨੇ ਅਤੇ ਮੁਲਾਜ਼ਮ ਕੱਚੇ ਰੱਖੇ ਹੋਏ ਨੇ ਬਹੁਤ ਵੱਡੀ ਬੇਇਨਸਾਫੀ ਹੈ ਇਹ ਤੋਂ ਇਲਾਵਾ ਸਾਡਾ ਪੇ ਕਮਿਸ਼ਨ ਨਹੀਂ ਰਿਲੀਜ਼ ਕੀਤਾ ਜਾ ਰਿਹਾ ਡੀ ਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਸਾਡੇ ਜਿਹੜੇ 2004 ਤੋਂ ਬਾਅਦ ਦੇ ਮੁਲਾਜ਼ਮ ਹੈ ਉਹਨਾਂ ਤੋਂ ਪੁਰਾਣੀ ਪੈਨਸ਼ਨ ਸਕੀਮ ਦਾ ਜਿਹੜਾ ਹੱਕ ਹੈ ਇਹ ਸਰਕਾਰ ਨੇ ਖੋਹ ਲਿਆ ਇਸ ਕਰਕੇ ਅੱਜ ਦੀ ਅਸੀਂ ਇਹ ਰੋਸ ਰੈਲੀ ਬਠਿੰਡੇ ਦੇ ਵਿੱਚ ਕਰਕੇ ਔਰ ਅੱਜ ਹੀ ਅਸੀਂ ਮੁਕਤਸਰ ਦੇ ਵਿੱਚ ਵੀ ਚੱਲ ਰਹੀ ਹੈ ਔਰ ਇਹ ਤੋਂ ਬਾਅਦ 14 ਸਤੰਬਰ ਨੂੰ ਅਸੀਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਸਰਕਾਰ ਨੂੰ ਚੁਣੌਤੀ ਪੇਸ਼ ਕਰਾਂਗੇ ਔਰ ਉਦੋਂ ਗਾਂ ਅਸੀਂ ਇਸ ਮੰਚ ਨੂੰ ਅੱਗੇ ਤੋਰਾਂਗੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਹੋਰ ਵੀ ਕੋਈ ਸਾਡੇ ਇਸ ਦਾਇਰੇ ਤੋਂ ਬਾਹਰ ਨੇ ਉਹਨਾਂ ਨੂੰ ਨਾਲ ਲੈ ਕੇ ਸਰਕਾਰ ਦੇ ਖਿਲਾਫ਼ ਬਹੁਤ ਵੱਡਾ ਸੰਘਰਸ਼ ਅਸੀਂ ਉਲੀਕਾਂਗੇ ਇਹ ਸਾਡਾ ਅਹਿਦ ਕੀਤਾ ਹੋਇਆ ਮੰਗਾਂ ਦੀ ਪ੍ਰਾਪਤੀ ਤੱਕ ਅਸੀਂ ਲਗਾਤਾਰ ਲੜਾਂਗੇ ਸਰਕਾਰ ਬਿੱਟੂ ਰਾਮ ਜੀ ਇਹ ਸਾਡੇ ਕੱਚੇ ਕਾਮਿਆਂ ਪਿੱਛੇ ਹੀ ਆਈ ਵੀ ਜਿਹੜੇ ਕੱਚੇ ਕਾਮੇ ਸਾਡੇ ਪੱਕੇ ਕੀਤੇ ਜਾਣ ਇਹ ਨਾ ਪੱਕੇ ਕੀਤੇ ਗਏ ਤਾਂ ਇਹ ਧਰਨਾ ਸਾਡਾ ਇਦੋਂ ਵੀ ਜ਼ਿਆਦਾ ਤਿੱਖਾ ਸੰਘਰਸ਼ ਬਹੁਤ ਤਕੜਾ ਜ਼ਬਰਦਸਤ ਹੋਊਗਾ